ਜਣਾ ਇੱਕ ਜੀ ਗਰੀਬ ਹੋਣਾ ਤੇ ਲਾਣੇ ਜੁਈਆਂ ਚਪਲੀਆਂ ਵੀ ਨਹੀਂ ਹੋਣੀਆਂ ਇੱਕ ਦਾ ਡਾਈਆਂ ਗਸ਼ਨਾ ਹੋਣਾ ਪੈਰੂ ਨੰਗਾਣਾ ਤੇ ਕੋਲੂ ਉਸਨੇ ਇੱਕ ਬੰਦਾ ਨੰਗਣਾ ਜਿਸ ਚੰਗੀਆਂ ਨਾ ਜਾਂ ਨਸਲੀ ਦੀਆਂ ਚਪਲੀਆਂ ਲਾਈਆਂ ਹੋਣੀਆਂ ਉਸ ਦਾ ਰੀਆਂ ਤਖਣਾ ਤੇ ਦਲਾ ਜੀਆਂ ਮਲਾਲ ਜਾਸ਼ਨਾ ਤੇ ਰੱਬ ਨਹੀਂ ਬਰਗਾ ਵਿੱਚ ਫਰਿਆਦ ਕਰਨਾ ਕਿ ਮੋਲਾ ਇਹ ਕਿਹੜੀ ਨਾ ਇਨਸਾਫੀ ਹੈ ਇਸ ਇਤਨੀਆਂ ਸੋਹਣੀਆਂ ਚਪਲੀਆਂ ਲਾਈਆਂ ਤੇ ਮਿੱਕੀ ਮਸਾਲੇ ਨਹੀਂ ਵੀ ਨਸੀਬ ਕੋਈ ਨਹੀਂ ਤੇ ਜੇ ਮੈਂ ਇਹਨਾਂ ਨੂੰ ਇਨਸਾਫੀ ਕਰਨੀ ਸੀ ਵੇ ਤਮੀਜ਼ ਦੁਨੀਆ ਵਰਗੀਆਂ ਭੇਜਿਆ ਹੈ ये फरियाद लाई थोड़े जशन तखना एक बंद ने पैर ही नहीं होने तो उत सदा रेज हो ग्छना मोलाकलू माफी मंगना तो उसना शुक्र अदा करना शायद इतना बड़े मते ने गल करना कि वो अता करे तो शुक्र उसका वो ना दे तो मलाल नहीं मेरे रब के फैसले कमाल हैं उन फैसलों में जवाल नहीं सो जिंदगी ने हर मामले बच्चा कि अल्लाह तला शुक्र अदा करना चाहिए जड़ा थे उसने पर भी ਉਹ ਜਿਹੜਾ ਨਹੀਂ ਉਸਨੇ ਮਰਿ ਸ਼ੁਕਰ ਅਦਾ ਕਰਨਾ ਚਾਹੀਦਾ ਯਾਨੀ ਕਿ ਮੋਲਾ ਕੀ ਪਤਾ ਕਿ ਸਾਡੇ ਹਾਕਿ ਚ ਕੀ ਚੀਜ਼ ਬਿਹਤਰੀ ਔਰ ਕਿਹੜੀ ਚੀਜ਼ ਨਹੀਂ ਬਿਹਤਰ ਠੀਕ ਹੈ ਮਾੜਾ ਖਿਆਲ ਆਣਾ ਕਿ ਤੁਸੀਂ ਮਾੜਾ ਪੁਆਇੰਟ ਸਮਝੀ ਗਏ ਹੋ ਸੋ ਕਿ ਮੈਂ ਇੱਕ ਚੈਨਲ ਚਲਾਣਾ ਸ਼ੁਰੂ ਪਿਆ ਜਿਸ ਦਾ ਨਾਮ ਸਾ ਪਟਵਾਰ ਪੁਆਇੰਟ ਅਲਹਮਦੁਲਿਲਾ ਅਦਬ ਨੇ ਦਾਰੇ ਵਿੱਚ ਰਹੀ ਤੇ ਮੈਂ ਉਸਨੇ ਵਿੱਚ ਫਨ ਕੀਤਾ ਔਰ 8 ਮਹੀਨੇ ਦੇ ਅੰਦਰ ਅੰਦਰ 60000 ਉਸਨੇ ਫਾਲੋਅਰ ਹੋਏ ਲੇਕਿਨ ਜਿਸ ਟਾਈਮ ਉਹ ਚੈਨਲ ਮਾਰੇ ਕੋਲ ਥਿਆ ਸਾਤ ਮੀ ਕਿ ਉਸਨੀ ਕਦਰ ਕੋਈ ਨਹੀਂ ਸੀ ਉਹ ਚੈਨਲ ਇੱਕ ਦੜਾ ਹੈਕ ਹੋਇਆ ਔਰ ਦਵਾ ਘੰਟਿਆਂ ਨੇ ਅੰਦਰ ਅੰਦਰ ਮਿੱਗੀ ਕੋਈ ਟਾਈ ਤਰਾਸੋ ਕਾਲਾ ਆਈਆਂ ਲੋਕ ਮੈਨ ਨਾਲ ਜੁੜੀ ਗਏ ਉਹਨਾਂ ਆ ਭੈਜੀ ਤੁਸਾਂ ਨਾਲ ਕਿਹਾਂ ਆ ਜੀ ਤੁਸਾਂ ਨਾਲ ਚੈਨਲ ਆ ਕੋਈ ਗਿਆ ਕਈਆਂ ਆ ਜੀ ਕਿ ਫਲਾਣੇ ਬੰਦੇ ਨਾਲ ਰابطਾ ਕਰੋ ਉਸ ਨਾਲ ਵੀ ਇਹ ਕੰਮ ਹੋਇਆ ਸਾ ਜਾਂ ਫਲਾਣਾ ਬੰਦਾ ਐਕਸਪਰਟ ਆ ਮੈਂ तमाम ਲੋਕਾਂ ਦਾ ਸ਼ੁਕਰਗੁਜ਼ਾਰ ਆ ਔਰ ਜਿਨ੍ਹਾਂ ਉਹ ਸਟੋਰੀਆਂ ਔਰ ਵੀਡੀਓ ਸ਼ੀਡਿਓ ਤੱਕੀ ਔਰ ਉਹਨਾਂ ਨੇ ਉਹਨਾਂ ਨੇ ਇਹ ਲੈ ਜੇ ਜ਼ਰਾ ਵੀ ਖਿਆਲ ਆਇਆ ਕਿ ਇਹ ਬੰਦਾ ਅਪਲੋਡ ਨਹੀਂ ਕਰੀ ਸਕਣਾ ਮੈਂ ਕਿ ਉਹਨਾਂ ਇਸ ਕਾਬਲ ਸਮਝਾ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਆ ਠੀਕ ਹੈ ਤੇ ਬਾਕੀ ਇਹ ਜ਼ਿੰਦਗੀ ਨੇ ਮਾਮਲਾ ਤੇ ਕੋਈ ਲੋਕਾਂ ਕੀ ਕਹਿਣੇ ਅਜ਼ਮ ਸ਼ਜ਼ਮ ਨਹੀਂ ਹੋਣਾ ਠੀਕ ਹੈ ਤੇ ਇਸ ਰਾਤ ਇੱਕ ਬੰਦਾ ਆਇਆ ਤੇ ਉਸ ਲਿੰਕ ਸ਼ਿੰਗ ਸੈਂਡ ਕੀਤਾ ਠੀਕ ਹੈ ਚੈਨਲ ਡਾਰੀ ਕਿਣੀ ਗਿਆ ਤੇ ਹੁਣ ਉੱਥੇ ਉਹ ਆਪਣੀ ਨਸਲ ਨੀਆਂ ਚੀਜ਼ਾਂ ਜੜ ਗਈਆਂ ਆਪਣੇ ਖਾਨਦਾਨੀ ਬੰਦਿਆਂ ਨੀਆਂ ਅਪਲੋਡ ਕਰਨਾ ਪਿਆ ਅੱਲਾ ਮਾਫ ਕਰਾਇ ਜਾਂ ਨਹੀਂ ਉਸ ਕੀ ਕਰਨੀਆਂ ਚਾਹੀਨੀਆਂ ਠੀਕ ਹੈ ਤੇ ਚੈਨਲ ਨੂੰ ਵਾਪਸ ਨਹੀਂ ਚੀ ਸਕਣਾ 10 15 ਦਿਹਾੜੇ ਗਏ 12 ਦਿਹਾੜੇ ਗਏ ਠੀਕ ਹੈ ਤੇ ਮੈਂ ਵੀ ਚੈਨਲ ਨਾਲ ਸਭ ਬਣਾਣਾ मैं यार मैं ना मैं शुगर मिले जी बनाई छोड़ा सा लेकिन कुछ अजीज़ दोस्तों मैं इस चीज़ पर मजबूर किया तो हूँ नवा चैनल बनाई छोड़ा पठवार पॉइंट ऑफिशियल ने नया नाल मौला गर्म करसी ठीक है आ, चलो सक बेहतर सा हैक हो गया या जो किस भी हो खत्म हो गया छोड़ो उसकी ठीक है हूँ इनशा लजीज़ इस चैनल पर नवे सिर से काम शुरू कर करसा और एक अच्छा कॉन्टेंट आने की कोशिश कर स जितना मेरे कोई सला लजीज मैं कर करसा बाकी जी मैं आखिर पर इन होना कि खुश रवो बाद रवो टेंशन नहीं कि असलम